ਜਣੀਏ ਆਦੀ ਤੈਡਾ ਤਾਂ ਅਮੀਰ ਆਈ ਜੈਨੂੰ 9 ਲੱਖ ਪਿਆ ਮਰੇਂਦਾ ਹਾ ਸਦਕਾ ਹਾ ਸਦਕਾ ਬੀਬੀ ਆਦੀਏ ਵਹਿੰਦੀਆਂ ਕਤਲ ਦੀ ਗਵਾਹ ਬਣਦੀਆਂ ਹੁਣ ਮੇਰੀ ਸਹਿਣ ਬੱਲੋ ਬੇਬੀ ਬੱਲੋ ਹੁਣ ਮੇਰੀ ਸਹਿਣ ਦੀ ਦੇ ਸਰ 'ਤੇ ਹੱਥ ਰੱਖੇ ਇੰਜ ਰੱਖਿਆ ਜਿਵੇਂ ਯਤੀਮਾਂ ਦੇ ਸਰ 'ਤੇ ਰੱਖੀਂਦੇ ਆਦੀ ਅੱਛ ਸਕੀਨਾ ਨਿਵੇਂ ਰੁਕਦੀ ਵਤ ਅੱਲਾ ਦੇ ਹਵਾਲੇ ਜਿਨ੍ਹਾਂ ਦੀ ਜ਼ਿੰਦਗੀ ਗੁਜ਼ਰੀ ਹੈ ਮਸਾਹਿਬ ਸੁਣਦੇ ਉਹਨਾਂ ਨੂੰ ਹਾਏ ਦੀ ਦਾਵਤ ਪੇ ਦੇਣ ਮਿੰਬਰ ਦੀ ਕਸਮ ਰੋਵਣ ਵਾਲੇ ਇਹਨੂੰ ਧੀ ਟੁਰੀਏ ਉਹਨੂੰ ਕਾਤਲ ਤੁਰ ਪੀਏ ਹਾਏ ਹਾਏ ਸ਼ਰਮਾ ਨਹੀਂ ਸ਼ਰਮਾ ਨਹੀਂ ਦੁਹਾਂ ਦੇ ਟੁਰਨ 'ਚ ਖਲੀਆਂ ਬਾਈ ਕਰਕੇ ਰੋਵਣ ਵਾਲੇ ਫਰਕ ਆਈਏ ਧੀ ਨੂੰ ਰਾਹ ਨਹੀਂ ਲੱਭਦਾ ਕਾਤਲ ਖੰਜਰ ਉਂਗਲ 'ਤੇ ਬਵੈਂਦ ਹਾਏ ਹਾਏ ਦੀ 3 ਦਿਹਾੜਿਆਂ ਦੀ ਤੱਸੀ ਆਈ ਕਾਤਲ ਸ਼ਰਾਬ ਪੀ ਕੇ ਆਂਦਾ ਪੀ ਆਈ ਮਿੰਬਰ ਦੀ ਕਸਮ ਏ ਘੋੜਿਆਂ ਦੇ ਸੁਮਾ ਕੋਲੋਂ ਰਾਹ ਬਣੇਂਦੀ ਹੋਈ ਸੈਯਦ ਮਾਫੀ ਦਿਵਾਇਆ ਇੱਕ ਸ਼ਾਮੀ ਦੇ ਕੋਲ ਆ ਕੇ ਆਦੀ ਸ਼ਾਮੀਆਂ ਕਈ ਮੈਂ ਉਜੜੀ ਦਾ ਬਾਬਾ ਡਿੱਠਾ ਵੀ ਆ ਇਹ ਕਮੀ ਨਾ ਯਾਦ ਹੈ ਤੂੰ ਕਹਿੰਦੀ ਦੀਏ ਬੀਬੀ ਆਦੀਏ ਮੈਂ ਹੁਸੈਨ ਗਰੀਬ ਦੀ ਦੀਆਂ ਓਏ ਮਾਤਮ ਕਰਨ ਵਾਲੇ ਹੁਸੈਨ ਦਾ ਨਾਮ ਆਏ ਈਓ ਜਾਜਰ ਰਸਾਲਾ ਡਿੱਤਾ ਬੱਚੀ ਜਾਣ ਪਈਏ ਹੱਥ ਜੋੜ ਕੇ ਆਦੀਏ ਮਾਰ ਤਲਈ ਸਰ ਤੇ ਮਾਤਮ ਆਵਾਜ਼ ਅੰਦਰ ਦੱਸਿਆ ਮੈਂ ਉਜੜੀ ਦਾ ਬਾਬਾ ਕਿਤੇ ਬੜੇ ਅਜ਼ਾਦਾਰ ਹੋ ਮਰਬਾ ਮਰਬਾ ਸੈਯਦਾ ਰਾਜ਼ੀ ਹੋਵੇ ਸਦਾ ਤੋਂ ਮੁਮਿਨੀਨ ਕਿਆਮਤ ਦਾ ਮੰਜ਼ਰ ਮਾਫੀ ਦਿਵਾਏ ਤਾਰੀਖ ਆਦੀਏ ਕਮੀ ਨੇ ਤੀਰ ਚਾਇਆ ਕਮਾਣ 'ਚ ਰੱਖਿਆ ਆਦੇ ਮੈਂ ਤੀਰ ਚਲੈਨਾ ਜੈਨੂੰ ਲੱਗੇ ਉਹ ਤੇਰਾ ਬਾਬਾ ਹੁਣ ਰੋਨਾ ਜਿਵੇਂ ਮੇਰਾ ਦਿਲ ਏ ਸੈਯਦਾ ਰਾਜ਼ੀ ਹੋਵੇ ਰੋਵਣ ਵਾਲੇ ਇਤਨਾ ਤੇਜ਼ ਟੁਰੀਏ ਅਜ਼ਾਈ ਲਹਿਜੇ 'ਚ ਅੰਦਾਜ਼ ਬਣਾਵਾਂ ਜੋ ਮਾਤਮ ਕਰ ਲਵੇ ਇਤਨਾ ਤੇਜ਼ ਟੁਰੀਏ ਕਾਤਲ ਦੇ ਆਵਣ ਤੋਂ ਪਹਿਲੇ ਪਿਓ ਦੀ ਤਲੀਆਂ ਦਾ ਬੋਸਾ ਲੈ ਕੇ ਆਦੀਏ ਜਾਗ ਵੇ ਬਾਬਾ ਹਾਏ ਸਦਕਾ ਹਾਏ ਸਦਕਾ ਕਰ ਤਿਆਰੀ ਜਿਹਨਾਂ ਮਾਤਮ ਕਰਨੇ ਜਾਗ ਵੇ ਬਾਬਾ ਮੈਂ ਮਿਲਣ ਆਈਆਂ ਜਿਵੇਂ ਇੱਕ ਨਾਲ ਇੱਕ ਹੋਇਆ ਦੇ ਕੌਣ ਏ ਜੇ ਵੇਲੇ ਮਿਲਣ ਆਈਏ ਰੋ ਕੇ ਆਦੀਏ ਬਾਬਾ ਕੌਣ ਹੋਵੇ ਤੇਰੇ ਅਕਬਰ ਦੇ ਅਰਮਾਨ ਤੇਰੇ ਅਸਗਰ ਦੇ ਅਰਮਾਨ ਤੇਰੇ ਗਾਜ਼ੀ ਦੇ ਅਰਮਾਨ ਸ਼ਬੀਰ ਸਰ ਚਾਇਆ ਮਿੰਬਰ ਦੀ ਕਸਮ ਮੁਲਕ ਜਜ਼ਦਾਰਾਂ ਅਗਲੇ ਜੁਮਲਿਆਂ ਤੇ ਬੜਾ ਰਾਜ਼ਾ ਮਾਤਮ ਕੀਤਾ ਆਓ ਜਿਨ੍ਹਾਂ ਮਾਤਮ ਕਰਨੇ ਵਿਖਾਏ ਮੇਰੇ ਪਾਸੇ ਰੋਵਣ ਵਾਲੇ ਲੋਗੋ ਹੁਸੈਨ ਆਦਰ ਕਿਉਂ ਆਈਏ ਕਿਉਂ ਆਈਏ ਫੌਜਾਂ ਦਾ ਰਸ਼ੇ ਮੈਂ ਜ਼ਖਮੀ ਹਾਂ ਕਿਉਂ ਆਈ ਆਦੀਏ ਬਾਬਾ ਤੜੀ ਦੀਆਂ ਮੈਂ ਜਾਣਦੀ ਹਾਂ ਵਤ ਮੋਲਤ ਕੋਈ ਨਹੀਂ ਮਿਲਣੀ ਬਾਬਾ ਮਿੰਨਤ ਲਾ ਅਕਬਰ ਦੀ ਲੁੱਟੀ ਜਵਾਨੀ ਦਾ ਵਾਸਤੇ ਇੱਕ ਵਾਰੀ ਮੈਨੂੰ ਸੀਨੇ ਨਾਲ ਲਾ ਹਾਏ ਹਾਏ ਸੈਯਦਾ ਦਇਆ ਸਕੀਨਾ ਰੋਵਣ ਵਾਲੇ ਲੋਗੋ ਸਾਹਮਣੇ ਪਾਸੋਂ ਆਈਏ ਜਿਨ੍ਹਾਂ ਦੀਆਂ ਨਿੱਕੀਆਂ ਧੀਆਂ ਵਿਖਾਏ ਮੇਰੇ ਪਾਸੇ ਕੋਸ਼ਿਸ਼ ਕਰੇਂਦੀ ਏ ਤੀਰਾਂ ਦੀਆਂ ਕਾਨੀਆਂ ਲੰਮੀਆਂ ਗੱਲ ਤਈ ਬਾਈ ਨਹੀਂ ਆਉਂਦੀਆਂ ਕੰਡ ਵਾਲੇ ਪਾਸੋਂ ਆਈਏ ਕਾਨੀਆਂ ਲੰਮੀਆਂ ਗੱਲ ਤਈ ਬਾਈ ਨਹੀਂ ਆਉਂਦੀਆਂ ਸਾਹਮਣੇ ਆ ਕੇ ਆਦੀਏ ਬਾਬਾ ਤੀਰ ਮਿਲਣ ਨਹੀਂ ਦਿੰਦੇ ਹੁਸੈਨ ਆਦਨ ਖੜ ਵੰਜ ਮੈਂ ਤੈਨੂੰ ਜਾ ਬਣਾ ਦੇਵਾਂ ਰੋਵਣ ਵਾਲੇ ਤੀਰ ਕਢੇਂਦਾ ਗੋਸ਼ਤ ਨਾਲ ਪਿਆ ਜਾਂਦਾ ਹੈ ਤੀਰ ਕਢੇਂਦਾ ਗੋਸ਼ਤ ਨਾਲ ਪਿਆ ਜਾਂਦਾ ਹੈ ਕੰਬਦੇ ਹੋਏ ਹੱਥ ਜੋੜ ਕੇ ਆਦੀ ਰਾਣ ਦੇ ਬਾਈ ਵਾਹ ਵਾਹ ਬਾਈ ਵਾਹ ਬੱਲੋ ਵੇ ਸੈਯਦਾ ਰਾਜ਼ੀ ਹੋਵੇ ਆਦੀ ਰਾਣ ਦੇ ਮੱਡੀ ਔਖੇ ਸੌਖੇ ਨਿਭਵੇ ਸੀ
ਜਿਵੇਂ ਮੈਂ ਤਾਰੀਖਾਂ 'ਚ ਪੜ੍ਹੇ ਸਦਾ ਤੋਂ ਮੋਮਿਨ ਤੇਰਾ ਤੀਰ ਸ਼ਬੀਰ ਕੱਢੇ ਕਿਤਨੇ ਤੇਰਾ ਤੀਰ ਸ਼ਬੀਰ ਕੱਢੇ ਧੀ ਨੂੰ ਹਾਂਦ ਨਾਲ ਲਾਇਆ ਰੋਣ ਵਾਲੇ ਲੋਗੋ ਬਜ਼ੁਰਗ ਜ਼ਾਕਰੀਨ ਪੜਦੇ ਹੁੰਦੇ ਆ ਜਰ ਰਜ ਪਿਆਰ ਨਹੀਂ ਕੀਤਾ ਦੀਆਂ ਵਾਲੇ ਸ਼ਬੀਰ ਦੀ ਨਿਗਾਹ ਪਈਏ ਉਹ ਆਂਦਾ ਪਿਆਈ ਜੇ ਅੱਲਾ ਦਾ ਅਰਸ਼ ਲਾਏ ਮਿੰਬਰ ਦੀ ਕਸਮ ਹੈ ਜਦ ਕਾਤਲ ਨੂੰ ਆਂਦਾ ਡਿੱਠੇ ਹੁਸੈਨ ਧੀ ਨੂੰ ਝੋਲੀ ਦੇ ਵਿੱਚ ਲੁਕਾਉਣਾ ਸ਼ੁਰੂ ਕੀਤਾ ਹੈ ਸਰ ਦੱਬੋ ਸ ਲੈ ਕੇ ਪਿਆ ਦੇ ਮੈਂ ਉਨ ਵੀ ਪੁੱਤਾਰ ਹੁਣ ਮਾਤਾ ਉਹ ਮਰਾਈ ਬੈਠਾ ਇਸ ਬਨ ਬਰਬਾਜੀ ਜੀ ਵਿਚਾਲੇ ਉਹ ਆ ਗਏ ਨੌਕਰਾ ਨੌਕਰ ਨੌਕਰਾ ਕਰੋ ਬਈ ਮਾਤਮ ਜ਼ਿੰਦਗੀ ਦਾ ਪਤਾ ਕੋਈ ਨਹੀਂ ਸ਼ਬੀਰਾ ਦਿਨ ਵੱਲ ਵੰਜ ਸਕੀਨਾ ਜਿਹੜੇ ਵਹਿਣ ਤੇ ਮੇਰੇ ਹਿੱਸੇ ਦੀਆਂ ਮੁਲਕ 'ਚ ਮਜਲ ਸਮੁਕੀਆਂ ਵੱਲ ਵੰਜ ਸਕੀਨਾ ਇਹ ਬੂ ਵੱਡਾ ਜ਼ਾਲਮ ਹੈ ਦੀ ਆਈ ਪਿਓ ਦੀ ਗੱਲ ਸੁਣੀਏ ਮਿੰਬਰ ਦੀ ਕਸਮ ਹੈ ਕੋਈ ਬਹਿਸ ਨਹੀਂ ਕੀਤੀ ਤੁਰ ਪਈ ਹੈ ਰੋਵਣ ਵਾਲੇ ਦੀ ਟੁਰਦੀ ਵਹਿੰਦੀ ਆਈ ਚੰਦ ਕਦਮ ਚਾਏ ਨੇ ਸ਼ਬੀਰ ਸਜਦੇ ਦੇ ਵਿੱਚ ਸਰ ਰੱਖਿਆ ਜ਼ਿਕਰ ਦੀ ਕਸਮ ਹੈ ਇਹੋ ਜਿਹੀ ਜ਼ਰਬ ਮਾਰੀਏ ਧੀ ਤੜਪ ਕੇ ਮੁੜੀਏ ਦੂਜੀ ਜ਼ਰਬ ਮਾਰੀਏ ਕਾਤਲ ਦੇ ਪਾਸੇ ਦੌੜੀ ਚੌਥੀ ਜ਼ਰਬ ਤੇ ਆ ਕੇ ਖੰਜਰ ਦੇ ਵਿੱਚ ਹੱਥ ਪਾਇਆ ਕਾਤਲ ਦੋੜੇ ਕੇ ਆਦੀਏ ਤੇਰੀ ਚੌਂ ਸਾਲਾਂ ਦੀ ਉਹ ਕੋਈ ਦੀ ਆਉਂਦੀ ਤੈ ਕੁਹੁੰਦਾ ਵੱਲ ਐਸਾਸੇ ਕਿਵੇਂ ਦੀ ਦੇ ਸਾਹਮਣੇ ਅੱਲਾਹ ਲਾਨਤੁਲਾਹ ਅਲਾ